स्वागत है ਤੁਹਾਡਾ ਸਾਡੇ YouTube ਚੈਨਲ ਅਫੀਸ਼ੀਅਲ ਬੱਬਲ ਦੇ ਵਿੱਚ। ਅੱਜ ਆਪਾਂ ਵੀਡੀਓ ਲੈ ਕੇ ਆਏ ਵੀ ਜਿਹੜਾ ਪਬਲਿਕ ਨੋਟਿਸ ਆਗਾ ਅਪ੍ਰੈਂਟਿਸ ਲਾਈਨਮੈਨ ਦਾ ਟ੍ਰੇਡ ਦਾ, ਉਹਦੀ ਜਿਹੜੀ ਬਾਇਓਮੈਟ੍ਰਿਕ ਆ ਉਹਦਾ ਵੀ ਕਿਸ ਹਿਸਾਬ ਦੇ ਨਾਲ ਬਾਇਓਮੈਟ੍ਰਿਕ ਹੋਣੀ ਆ, ਉਹਦੇ ਵਿੱਚ ਇਹ ਸ਼ਡਿਊਲ ਆਗਾ। ਇਹ ਤੁਸੀਂ ਜਿਹੜਾ ਪਬਲਿਕ ਨੋਟਿਸ ਆਗਾ ਇਹ ਤੁਸੀਂ ਡਾਊਨਲੋਡ ਕਰ ਸਕਦੇ ਹੋ, ਜਾਂ ਤਾਂ ਜਾ ਕੇ PASPCL ਦੀ ਅਫੀਸ਼ੀਅਲ ਸਾਈਟ ਤੋਂ ਜਾ ਕੇ ਡਾਊਨਲੋਡ ਕਰ ਸਕਦੇ ਹੋ, ਜਾਂ ਆਪਣੇ ਟੈਲੀਗ੍ਰਾਮ ਚੈਨਲ ਦੇ ਉੱਪਰ ਹੀ ਤੁਹਾਨੂੰ ਇਹ ਪਬਲਿਕ ਨੋਟਿਸ ਵੀ ਮਿਲ ਜੂਗਾ ਅਤੇ ਨਾਲ ਜਿਹੜੀ ਫਾਈਨਲ ਲਿਸਟ ਆ ਉਹ ਵੀ ਤੁਸੀਂ ਉੱਥੋਂ ਡਾਊਨਲੋਡ ਕਰ ਸਕਦੇ ਹੋ। ਇਹ ਜਿਹੜਾ ਸ਼ਡਿਊਲ ਹੈਗਾ 1 ਤੋਂ ਲੈ ਕੇ 35 ਤੱਕ, ਇਹਦੇ ਵਿੱਚ ਜਿਹੜਾ ਸ਼ਡਿਊਲ ਬਣੇ ਵੇ ਨੰਬਰਾਂ ਦੇ ਅਨੁਸਾਰ ਆ, ਜਿਹਦੇ ਨੰਬਰ ਵੱਧ ਆ ਉਹਨਾਂ ਦੇ ਰੈਂਕਾਂ ਦੇ ਹਿਸਾਬ ਨਾਲ ਇਹਦੇ ਵਿੱਚ ਸ਼ਡਿਊਲ ਚੱਲਦਾ ਹੈਗਾ। 1 ਤੋਂ ਲੈ ਕੇ 35 ਤੱਕ 16 ਤੱਕ ਹੈਗਾ, 236 ਤੋਂ ਲੈ ਕੇ 485 ਤੱਕ 17 ਤਰੀਕ ਤੱਕ ਆ, 486 ਤੋਂ ਲੈ ਕੇ 735 ਤੱਕ ਹੈਗੀ ਆ 18 ਤਰੀਕ ਤੱਕ, 737 ਤੋਂ ਲੈ ਕੇ 985 ਤੱਕ 19 ਤਰੀਕ ਨੂੰ ਆ, 986 ਤੋਂ ਲੈ ਕੇ ਇਹ ਹੈਗੇ 1235 ਤੱਕ ਹੈਗਾ 21 ਤਰੀਕ ਨੂੰ, 1236 ਤੋਂ ਲੈ ਕੇ 1485 ਤੱਕ ਹੈਗਾ ਗਾ 22 ਤਰੀਕ ਨੂੰ, ਅਤੇ ਜਿਹੜਾ ਲਾਸਟ ਹੈਗਾ 1486 ਤੋਂ ਲੈ ਕੇ 1738 ਤੱਕ ਇਹ ਹੈਗਾ 23 ਤਰੀਕ ਨੂੰ। ਇਹ ਤੋਂ ਬਾਅਦ ਆ ਜਿਹੜਾ ਆਪਣੀ ਜਿਹੜੇ ਬਾਇਓਮੈਟ੍ਰਿਕ ਹੋਣ ਤੋਂ ਬਾਅਦ ਹੀ ਜਿਹੜਾ ਰਿਜ਼ਲਟ ਆਊਗਾ, ਇਹ ਤੋਂ ਬਾਅਦ ਜਿਹੜਾ ਆਪਾਂ ਜੁਆਇਨਿੰਗ ਲੈਟਰ ਦਿੱਤੇ ਜਾਣਗੇ ਜੀ। ਇਹਦੇ ਵਿੱਚ ਨਾਲ ਜਿਹੜਾ ਲੈ ਕੇ ਆਉਣਾ ਉਹ ਪਹਿਲੇ ਨੰਬਰ 'ਤੇ ਲਿਖਿਆ ਹੋਇਆ ਗਾ ਵੀ ਜਿਹੜਾ ਆਪਾਂ ਨਾਲ ਲੈ ਕੇ ਆਉਣਾ ਓਰੀਜਨਲ ਜਿਹੜਾ ਆਧਾਰ ਕਾਰਡ ਲੈ ਕੇ ਜਾਣਾ, ਅਤੇ ਇੱਕ ਕਾਪੀ ਲੈ ਕੇ ਜਾਣੀ ਆ ਆਪਾਂ ਐਡਮਿਟ ਕਾਰਡ ਦੀ। ਕਾਫੀ ਜਣਿਆਂ ਦੇ ਜਿਹੜੇ ਐਡਮਿਟ ਕਾਰਡ ਮੇਰੇ ਹਿਸਾਬ ਨਾਲ ਵੀ ਉਹਨਾਂ ਕੋਲ ਨਹੀਂ ਹੈਗੇ, ਤਾਂ ਉਹ ਆਪਦੇ ਈਮੇਲ ਦੇ ਵਿੱਚ ਜਦੋਂ ਆਪਾਂ ਨੂੰ ਐਡਮਿਟ ਕਾਰਡ ਆਏ ਸੀਗੇ ਉਹਨਾਂ ਨੇ ਡਾਊਨਲੋਡ ਕੀਤੇ ਹੋਣਗੇ, ਉਹਨਾਂ ਦੇ ਫੋਨ ਦੇ ਵਿੱਚ ਹੀ ਪਏ ਹੋਣਗੇ, ਤਾਂ ਉਹ ਲੱਭ ਲੈਣਗੇ ਤਾਂ ਲੱਭ ਜਾਣਗੇ, ਵਿੱਚ ਹੀ ਪਏ ਹੋਊ PDF ਬਣਿਆ ਇੱਕ ਥਾਂ 'ਤੇ। ਇਹ ਤੁਸੀਂ ਲਿਸਟ ਦੇਖ ਸਕਦੇ ਹੋ, ਡਿਟੇਲ ਦੇ ਵਿੱਚ ਹੈਗੀ ਕੈਂਡੀਡੇਟਾਂ ਦੇ ਜਿਹੜੇ ਨੰਬਰ ਹੈਗੇ ਵੀ ਬਾਇਓਮੈਟ੍ਰਿਕ ਦੇ ਕਿਸ ਹਿਸਾਬ ਨਾਲ ਹੋ ਰਹੀ ਆ। ਇਹਦੇ 16 ਵਾਲਿਆ ਦੇਖ ਲਓ ਤੁਹਾਡੇ ਸਾਹਮਣੇ, 98 ਨੰਬਰ ਤੋਂ ਸਟਾਰਟ ਹੋਈ ਆ ਇਹ, ਇਹਨਾਂ ਦੀ 16 ਤਰੀਕ ਨੂੰ ਹੋਣੀ ਹੈਗੀ। ਹਾਂ ਅੱਗੇ ਦੇਖੋ 235 ਤੱਕ ਆ ਇਹ ਹੋਣੀ ਆ, ਫਿਰ 17 ਤਰੀਕ ਦੇ ਆ। ਇਹ 18 ਤਰੀਕ ਆ ਗਿਆ ਦੇਖੋ। ਇਹ ਜਿਹੜੇ ਬੰਦੇ ਲੈਂਦੇ ਆ ਆਮ 200-250 ਬੰਦਾ ਹੀ ਇਹਨਾਂ ਨੇ ਇੱਕ ਦਿਨ ਜਿਹੜਾ ਕ੍ਰੋਸ ਕਰਨਾ ਗਾ ਵੀ ਇੱਕ ਦਿਨ ਦੇ ਵਿੱਚ ਇੰਨੇ ਕੁ ਜਾਣਿਆਂ ਦੀ ਹੋਊਗੀ ਵੀ ਤੁਸੀਂ ਆਪਦਾ ਜਿਹੜਾ ਟਾਈਮ ਦੇ ਨਾਲ ਪਹੁੰਚ ਜਿਓ, ਇਹ ਨਾ ਹੋਵੇ ਕਿ ਤੁਸੀਂ ਲੇਟ ਹੋ ਜਾਓ ਵੀ ਤੁਹਾਡਾ ਨੰਬਰ ਮੂਹਰੇ ਹੋਵੇ। ਅਤੇ ਵੀਡੀਓ ਚੰਗੀ ਲੱਗੀ, ਇਨਫੋਰਮੇਸ਼ਨ ਮਿਲੀ ਹੋਵੇ ਤਾਂ ਲਾਈਕ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਿਓ, ਅਤੇ ਬਹੁਤ ਬਹੁਤ ਧੰਨਵਾਦ, ਆਪਦੇ ਸਾਥੀਆਂ ਨਾਲ ਵੀਡੀਓ ਸ਼ੇਅਰ ਕਰ ਦਿਓ।